22 ਸਾਲ ਹੋ ਗਏ। 2002 ਚ ਮੈਂ ਆਇਆ ਹਾਂ ਤੇ ਅਸੀਂ ਉਦੋਂ ਦੀ ਇਹ ਸੇਵਾ ਥੋੜੀ ਥੋੜੀ ਕਰਦੇ ਰਹੇ ਨਾਲੋ ਨਾਲ ਹੀ। ਇਹ ਜਿਹੜੀ ਸੇਵਾ ਲਈ ਆ ਨਾ ਬੜੇ ਭਾਗ ਵਾਲਿਆਂ ਨੂੰ ਮਿਲਦੀ ਆ। ਉੱਥੋਂ ਮੈਂ ਥੋੜਾ ਜਿਹਾ ਕੰਮ ਕਰਕੇ ਬੱਚਿਆਂ ਜੋਗੀ ਰੋਟੀ ਕਮਾਈ ਹੈ। ਬੇਰੀ ਥੱਲੇ ਗਏ, ਲਾਚੀ ਬੇਰ ਥੱਲੇ, ਉੱਥੋਂ ਸਾਨੂੰ ਕੋਈ ਸਹਾਰਾ ਹੋਇਆ ਤੇ ਅਸੀਂ ਉੱਥੋਂ ਸਰਦਾਰ ਮਿਲੇ। ਵੇਲਣੇ 'ਚ ਆ ਗਿਆ ਹਾਂ ਅਤੇ ਕੰਮ ਕਰ ਰਹੇ ਤੇ ਜ਼ਿਮੀਂਦਾਰਾਂ ਕੰਮ ਕਰਦੇ ਹੈ। ਉਹ ਮੇਰੇ ਕੇਸ ਜਿਹੜੇ ਸੀ ਨਾ ਉਦੋਂ ਵਿੱਚ ਆ ਚੁੱਕੇ ਸੀ ਵੇਲਣੇ ਦੇ, ਤੋ ਫਿਰ ਸਾਨੂੰ ਕੇਸ ਵੀ ਕੱਟਣੇ ਪਏ ਸੀ ਅਤੇ ਬਾਂਹ ਜਿਹੜੀ ਬਿਲਕੁਲ ਚੂਰਾ ਹੋ ਗਈ ਸੀ। ਹਾਂਜੀ, ਗੁਰੂ ਘਰ ਆਣ ਕੇ ਦੁਬਾਰਾ ਕੇਸ ਰੱਖੇ ਜੀ। ਹੁੰਦਾ ਵੀ ਅਸੀਂ ਆਪਣੀ ਸੜਕਾਂ ਸਵਾਰ ਕੇ ਜਾਈਏ, ਇੱਥੋਂ ਦਾ ਸਭ ਕੁਝ ਕਰਕੇ ਫਿਰ ਘਰ ਜਾਈਏ ਅਤੇ ਅਸੀਂ ਇਸੇ ਤਰ੍ਹਾਂ ਚੱਲਦੇ ਰਹੀਏ ਮਹਾਰਾਜ ਦੇ ਘਰ ਦੀ ਸੇਵਾ ਕਰ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਇਸ ਮੌਜੂਦ ਹਾਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਬਾਹਰ ਅਤੇ ਦੱਸਦੇ ਕਿ ਅੱਜ ਤੁਹਾਨੂੰ ਇੱਕ ਐਸੇ ਗੁਰਸਿੱਖ ਵੀਰ ਨਾਲ ਮਿਲਾਵਾਂਗੇ ਜਿਸ ਵੱਲੋਂ ਅਪਾਹਜ ਹੋਣ ਦੇ ਬਾਵਜੂਦ ਵੀ ਸੇਵਾ ਜੋ ਹੈ ਤਨਦੇਹੀ ਦੇ ਨਾਲ ਕੀਤੀ ਜਾਂਦੀ ਹੈ ਗੁਰੂ ਘਰ ਦੀ, ਤਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ, ਹਾਲਾਂਕਿ ਰੱਬ ਵੱਲੋਂ ਜ਼ਰੂਰ ਮਾਰ ਪਈ ਆ ਪਰ ਹਾਲਾਤ ਇਹੋ ਜਿਹੇ ਹੋਣ ਦੇ ਬਾਵਜੂਦ ਵੀ ਜੋ ਹੈ ਸੇਵਾ ਕਰਦੇ ਹੋਏ ਦਿਖਾਈ ਦੇ ਰਹੇ ਨੇ। ਗੁਰੂ ਘਰ ਦੀ ਸੇਵਾ ਤਨਦੇਹੀ ਦੇ ਨਾਲ ਜ਼ਰੂਰ ਕਰਦੇ ਨੇ, ਤਾਂ ਇਹ ਵੇਖ ਸਕਦੇ ਹੋ ਤੁਸੀਂ ਕਿ ਝਾੜੂ ਦੀ ਹੀ ਸੇਵਾ ਇਹਨਾਂ ਵੱਲੋਂ ਕੀਤੀ ਜਾਂਦੀ। ਗੱਲ ਵੀ ਕਰਾਂਗੇ ਲਖਵਿੰਦਰ ਸਿੰਘ ਹੋਣਾਂ ਦੇ ਨਾਲ, ਤਾਂ ਲਖਵਿੰਦਰ ਜੀ ਕਿਵੇਂ ਜੋ ਤੁਸੀਂ ਕਿਉਂਕਿ ਗੁਰੂ ਘਰ ਦੀ ਸੇਵਾ ਕਰ ਰਹੇ ਹੋ ਤਾਂ ਜਿੱਦਾਂ ਕਿ ਅਸੀਂ ਦੇਖ ਰਹੇ ਹਾਂ ਕਿ ਜੋ ਰੱਬ ਵੱਲੋਂ ਇੱਕ ਮਾਰ ਵੀ ਪਈ ਹੈ ਕਿ ਬਾਂਹ ਜੋ ਆ ਇੱਕ ਨਹੀਂ ਗਈ, ਤਾਂ ਕਿੰਨੀ ਦੇਰ ਹੋ ਗਈ ਇੱਥੇ ਸੇਵਾ ਕਰਦੇ? ਸਾਨੂੰ ਜੀ ਇੱਥੇ 22 ਸਾਲ ਹੋ ਗਏ। 2002 ਚ ਮੈਂ ਆਇਆ ਹਾਂ ਤੇ ਅਸੀਂ ਉਦੋਂ ਦੀ ਇਹ ਸੇਵਾ ਥੋੜੀ ਥੋੜੀ ਕਰਦੇ ਰਹੇ ਨਾਲੋ ਨਾਲ ਹੀ। ਇਹ ਜਿਹੜੀ ਸੇਵਾ ਲਈ ਆ ਨਾ ਬੜੇ ਭਾਗ ਵਾਲਿਆਂ ਨੂੰ ਮਿਲਦੀ ਹੈ ਅਤੇ ਸ਼ੁਰੂ ਤੋਂ ਹੀ ਮਤਲਬ ਇੱਥੇ ਸੇਵਾ ਕਰਦੇ ਸੀ। ਪਹਿਲਾਂ ਕੀ ਕਰਦੇ ਰਹੇ? ਪਹਿਲਾਂ ਕੁਝ ਕੰਮ ਵੀ ਕੀਤਾ ਸੀ ਬੱਚਿਆਂ ਜੋਗਾ, ਰੋਟੀ ਕਮਾ ਕੇ ਖਾਧੀ ਆ ਇੱਕ ਹੱਥ ਨਾਲ, ਕੌਫੀ ਸਟਾਲ 'ਤੇ ਲੱਗੇ ਰਹੇ, ਇੱਥੋਂ ਮੈਂ ਥੋੜਾ ਜਿਹਾ ਕੰਮ ਕਰਕੇ ਬੱਚਿਆਂ ਜੋਗੀ ਰੋਟੀ ਕਮਾਈ। ਤਾਂ ਸੇਵਾ ਵੱਲ ਕਿਵੇਂ ਪਏ, ਕਿਵੇਂ ਜੋ ਧਿਆਨ ਆਇਆ ਕਿ ਸੇਵਾ ਕਰਨੀ ਚਾਹੀਦੀ? ਪਹਿਲਾਂ ਕਮੇਟੀ ਵੀ ਕਰਾ ਰਹੀ, ਸ਼੍ਰੋਮਣੀ ਕਮੇਟੀ ਵੀ, ਅਤੇ ਕੌਫੀ ਵਾਲਿਆਂ ਨਾਲ ਲੱਗੇ ਹਾਂ। ਇਹ ਸਫਾਈ ਕੌਫੀ ਵਾਲੇ ਵੀ ਕਰਵਾ ਦਿੰਦੇ, ਇੱਕ ਟਾਈਮ ਕਰਵਾਉਂਦੇ ਸੀ ਕੌਫੀ ਵਾਲੇ, ਅਤੇ ਕੁਝ ਅਸੀਂ ਸੇਵਾ ਕਰ ਦਿੰਦੇ ਹਾਂ ਜੀ ਜਦੋਂ ਵਿਹਲੇ ਹੁੰਦੇ ਹਾਂ, ਅਤੇ ਫਿਰ ਉਦੋਂ ਤੋਂ ਆਪਾਂ ਲੱਗੇ ਹਾਂ ਤੇ ਸਾਡੀ ਸ਼ਰਧਾ ਹੋ ਗਈ ਵੀ ਅਸੀਂ ਗੁਰੂ ਘਰ ਦੀ ਸੇਵਾ ਕਰ ਚੱਲੀਏ ਜਿੰਨੇ ਯੋਗ ਹੈਗੇ। ਕਿਵੇਂ ਉਹੀ ਮੈਂ ਤੁਹਾਨੂੰ ਪੁੱਛ ਰਿਹਾ ਕਿ ਜਦੋਂ ਤੁਸੀਂ ਪਹਿਲਾਂ ਵੀ ਗੁਰੂ ਘਰ ਆਉਂਦੇ ਸਨ ਤਾਂ ਕਦੋਂ ਤੋਂ ਧਿਆਨ ਪਿਆ ਕਿ ਮੈਨੂੰ ਸੇਵਾ ਕਰਨੀ ਚਾਹੀਦੀ? ਇਹ ਜੀ ਮੇਰਾ ਖਿਆਲ ਹੈ ਵੀ ਆਪਾਂ ਨਾ ਜਦੋਂ ਸੇਵਾ ਵਧਾਈ ਆ ਅੰਦਰ ਮੱਥੇ ਟੇਕਣ ਜਾਂਦੇ ਹਾਂ, ਉਦੋਂ ਤੋਂ ਮੇਰੀ ਚਲਚਾ ਹੋ ਗਈ ਵੀ ਅਸੀਂ ਇੱਥੋਂ ਦੀ ਸੇਵਾ ਕਰ ਹੀ ਚੁੱਕੀ ਹੈ ਜਿੰਨੇ ਯੋਗ ਅਸੀਂ ਕਰ ਲਈਏ। ਕਟਿੰਗ 'ਚ ਵੀ ਹੁੰਦੇ? ਹਾਂਜੀ, ਪਹਿਲਾਂ ਹਿੰਦੂ ਵੀ ਹੁੰਦੇ ਹੈ, ਹਾਂਜੀ, ਫਿਰ ਸਰਦਾਰ ਬਣੇ। ਕਿਵੇਂ ਆ ਮਨ ਦੇ ਵਿੱਚ ਕੀ ਕੇਸ ਰੱਖ ਲੈਣੇ ਚਾਹੀਦੇ? ਆਪਾਂ ਬਾਬੇ ਬੇਰੀ ਥੱਲੇ ਗਏ, ਲਾਚੀ ਬੇਰ ਥੱਲੇ, ਉੱਥੋਂ ਸਾਨੂੰ ਕੋਈ ਸਹਾਰਾ ਹੋਇਆ ਤੇ ਅਸੀਂ ਉੱਥੋਂ ਸਰਦਾਰ ਬਣੇ। ਇੱਕ ਰਖਵਿੰਦਰ ਜੀ ਇਹ ਵੀ ਦੇਖ ਰਹੇ ਹਾਂ ਕਿ ਜਿੱਦਾਂ ਤੁਹਾਡੀ ਬਾਹਾਂ ਵੀ ਮਤਲਬ ਨਹੀਂ ਗਈ, ਤਾਂ ਕੀ ਇਹ ਕੀ ਘਟਨਾ ਵਾਪਰੀ ਸੀਗੀ? ਜੀ ਇਹ ਮੈਂ ਨਿੱਕਾ ਹੁੰਦਿਆਂ ਨਾ ਵੇਲਣੇ 'ਚ ਆ ਗਿਆ ਹਾਂ ਅਤੇ ਕੰਮ ਕਰ ਰਹੇ ਤੇ ਜ਼ਿਮੀਂਦਾਰਾਂ ਕੰਮ ਕਰਦੇ ਹੈ, ਉਹ ਮੇਰੇ ਕੇਸ ਜਿਹੜੇ ਸੀ ਨਾ ਉਦੋਂ ਵਿੱਚ ਆ ਚੁੱਕੇ ਸੀ ਵੇਲਣੇ ਦੇ, ਤੋ ਫਿਰ ਸਾਨੂੰ ਕੇਸ ਵੀ ਕੱਟਣੇ ਪਏ ਸੀ ਅਤੇ ਬਾਂਹ ਜਿਹੜੀ ਬਿਲਕੁਲ ਚੂਰਾ ਹੋ ਗਈ ਸੀ, ਦੋ ਦੋ ਗਿੱਠਾਂ ਉਂਗਲਾਂ ਵੱਧ ਗਈ ਸੀ ਹੈ, ਅਤੇ ਫਿਰ ਅਸੀਂ ਇਸੇ ਤਰ੍ਹਾਂ ਹੀ
ਕੰਮ ਕੀਤਾ ਨਿਭਾਇਆ। ਫਿਰ ਕੇਸ ਵੀ ਨਾਲ ਕੱਟਣੇ ਪਏ ਤੇ ਉਸ ਤੋਂ ਬਾਅਦ ਤੁਸੀਂ ਗੁਰੂ ਘਰ ਆ ਕੇ ਫਿਰ ਇੱਥੇ ਦੁਬਾਰਾ ਕੇਸ ਰੱਖੇ? ਹਾਂਜੀ, ਗੁਰੂ ਘਰ ਆਣ ਕੇ ਦੁਬਾਰਾ ਕੇਸ ਰੱਖੇ ਜੀ। ਪਰਿਵਾਰ ਦੇ ਵਿੱਚ ਕਿੰਨੇ ਜੀ ਹੋ ਤੁਸੀਂ ਤਾਂ ਗੁਜ਼ਾਰਾ ਕਿਵੇਂ ਕਰ? ਅਸੀਂ ਪਰਿਵਾਰ ਦੇ ਵਿੱਚ 4 ਜੀ ਆ ਜੀ। ਹਾਂਜੀ, ਦੋ ਇੱਕ ਮੇਰੇ ਲੜਕਾ, ਇੱਕ ਮੇਰੀ ਲੜਕੀ ਆ ਤੇ ਦੋ ਜੀ ਅਸੀਂ ਆਪ। ਤੇ ਗੁਜ਼ਾਰਾ ਕਿਵੇਂ ਕਰਦੇ ਹੋ ਆਪਣੇ ਪਰਿਵਾਰ ਦਾ? ਗੁਜ਼ਾਰਾ ਜੀ ਅਸੀਂ ਥੋੜਾ ਬਹੁਤਾ, ਸਾਨੂੰ ਕਮੇਟੀ ਵੀ ਸਾਰਾ ਦਿੰਦੀ ਆ ਤੇ ਤਨਖਾਹ 6000 ਰੁਪਈਆ ਮਿਲਦੀ ਆ, ਅਸੀਂ ਉਹਦੇ ਨਾਲ ਗੁਜ਼ਾਰਾ ਕਰ ਲੈਂਦੇ। ਹਾਂਜੀ, ਤਾਂ 22 ਸਾਲਾਂ ਤੋਂ ਇਸੇ ਤਰੀਕੇ ਨਾਲ ਸੇਵਾ? ਹਾਂਜੀ, ਇਸੇ ਤਰ੍ਹਾਂ। ਦੇ ਵਿੱਚ ਕਿੰਨੇ ਘੰਟੇ ਇੱਥੇ ਤੁਸੀਂ ਸੇਵਾ ਕਰ? ਆਏ ਜੀ, ਦਿਨ ਦੇ ਬਾਅਦ 15 ਮਿੰਟ ਰੋਟੀ ਖਾਣੀ ਆ ਤੇ ਮੁੜ ਕੇ ਫੇਰ ਲੱਗ ਪੈਣਾ ਜੀ ਸੇਵਾ ਨੂੰ, ਤੇ ਅਸੀਂ ਇਸੇ ਤਰ੍ਹਾਂ ਸੇਵਾ ਨਿਭਾ ਕੇ ਜਾਣਾ ਜੀ। ਰਹਿੰਦੀ ਜ਼ਿੰਦਗੀ ਤੱਕ ਕਦੋਂ ਤੱਕ ਸੇਵਾ ਕਰਦੇ ਰਹੋਗੇ? ਮਨ ਦੇ ਵਿੱਚ ਕਿੰਨਾ ਕੁ ਗੁਰੂ ਪ੍ਰਤੀ? ਸਾਡਾ ਸਰੀਰ ਚੱਲੇਗਾ ਨਾ, ਉੱਥੋਂ ਤੱਕ ਅਸੀਂ ਆਪਣੀ ਸੇਵਾ ਨਿਭਾ ਕੇ ਜਾਵਾਂਗੇ ਤੇ ਅਸੀਂ ਰਹਿੰਦੇ ਪਰਮਾਤਮਾ ਸਾਨੂੰ ਇੱਥੇ ਰੱਖੇ ਤੇ ਅਸੀਂ ਆਪਣੀ ਸੇਵਾ ਜਿਹੜੀ ਆ ਸਰਦਾ ਦੇ ਨਾਲ ਕਰਦੇ ਰਹੀਏ ਸੰਗਤਾਂ ਦੀ, ਤੇ ਸਾਨੂੰ ਬਹੁਤ ਧੰਨਵਾਦ ਕੀਤਾ। ਦਿੱਕਤ ਤੇ ਨਹੀਂ ਹੁੰਦੀ ਜਿੱਦਾਂ ਜੀ? ਕੋਈ ਦਿੱਕਤ ਨਹੀਂ ਜੀ ਹੁੰਦੀ ਸਾਨੂੰ, ਸਗੋਂ ਬਹੁਤ ਹੀ ਮਨ ਨੂੰ ਹੁੰਦਾ ਵੀ ਅਸੀਂ ਆਪਣੀ ਸੜਕਾਂ ਸਵਾਰ ਕੇ ਜਾਈਏ ਇੱਥੋਂ ਦਾ ਸਭ ਕੁਝ ਕਰਕੇ ਫਿਰ ਘਰ ਜਾਈਏ, ਤੇ ਅਸੀਂ ਇਸੇ ਤਰ੍ਹਾਂ ਚੱਲਦੇ ਰਹੀਏ ਮਹਾਰਾਜ ਦੇ ਘਰ ਦੀ ਸੇਵਾ ਕਰ। ਹਾਂਜੀ ਬਿਲਕੁਲ, ਜਿਵੇਂ ਤੁਸੀਂ ਵੇਖ ਸਕਦੇ ਹੋ ਕਿ ਲਖਵਿੰਦਰ ਸਿੰਘ ਹੋਣਾ ਵੱਲੋਂ ਜਿਸ ਤਰੀਕੇ ਨਾਲ ਗੁਰੂ ਘਰ ਦੇ ਬਾਹਰ ਜੋ ਇੱਥੇ ਸੇਵਾ ਨਿਭਾਈ ਜਾ ਰਹੀ ਆ, ਤਾਂ ਮਨ ਦੇ ਵਿੱਚ ਕਾਫੀ ਜ਼ਿਆਦਾ ਉਤਸ਼ਾਹ ਜੋ ਗੁਰੂ ਪ੍ਰਤੀ ਹੈਗਾ ਆ, ਤਾਂ ਇਹ ਤੁਸੀਂ ਵੇਖ ਸਕਦੇ ਹੋ ਕਿ ਹਾਲਾਂਕਿ ਜ਼ਰੂਰ ਰੱਬ ਵੱਲੋਂ ਮਾਰ ਵੀ ਪਈ ਆ ਕਿ ਬਾਂਹ ਇੱਕ ਨਹੀਂ ਹੈਗੀ, ਅਪਾਹਿਜ ਹੈਗੇ ਨੇ, ਪਰ ਫਿਰ ਵੀ ਗੁਰੂ ਦੇ ਘਰ ਦੇ ਬਾਹਰ ਖੜ੍ਹ ਕੇ ਜੋ ਇਹਨਾਂ ਵੱਲੋਂ ਸੇਵਾ, ਝਾੜੂ ਮਾਰਨ ਦੀ ਸੇਵਾ ਇਸੇ ਤਰੀਕੇ ਕੀਤੀ ਜਾਂਦੀ ਹੈ, ਤਾਂ ਹਾਲਾਂਕਿ ਜੇਕਰ ਗੱਲ ਕਰ ਲਈਏ ਤਾਂ ਪਹਿਲਾਂ ਜ਼ਰੂਰ ਹਿੰਦੂ ਸੀਗੇ, ਕਟਿੰਗ 'ਚ ਸੀਗੇ, ਪਰ ਹੁਣ ਜੋ ਹੈ ਜ਼ਰੂਰ ਫਿਰ ਸਿੱਖੀ ਰੂਪ ਦੇ ਵਿੱਚ ਆ ਚੁੱਕੇ ਨੇ, ਤਾਂ ਇੱਥੇ ਸੇਵਾ ਨਿਭਾ ਰਹੇ ਨੇ। ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ਰ ਸੁਨੇਕ, ਜਗਬਾਣੀ ਟੀਵੀ, ਸ਼੍ਰੀ ਅੰਮ੍ਰਿਤਸਰ ਸਾਹਿਬ।